ਕੈਦੀ ਆਇਆ ਜੇਲ੍ਹ ਚੋਂ ਬਾਹਰ, ਅਸਲਾ ਲੈ ਕੇ ਪਹੁੰਚੇ ਯਾਰ। 40-50 ਬਦਮਾਸ਼ਾਂ ਨੇ ਜੇਲ੍ਹ ਬਾਹਰ ਕੀਤੀ ਹੁੱਲੜਬਾਜ਼ੀ। ਪੂਰੇ ਸ਼ਹਿਰ ਚ ਕੱਢੀ ਗਈ ਬਦਮਾਸ਼ਾਂ ਦੀ ਰੈਲੀ। ਨਿੱਕੀ ਨਿੱਕੀ ਉਮਰ ਦੇ ਨੌਜਵਾਨ ਲੰਘ ਗਏ ਬਦਮਾਸ਼ੀ ਦੇ ਰਾਹ ਤੇ ਅੱਗੇ। ਇਹਨਾਂ ਬਦਮਾਸ਼ਾਂ ਨੇ ਪੁਲਿਸ ਵਾਲੇ ਦੀ ਤੋੜਤੀ ਲੱਤ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਨਿਊਜ਼ 18 ਪੰਜਾਬ, ਮੈਂ ਲਕਸ਼ੇ ਆਨੰਦ। ਵੱਡੀ ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕੁਝ ਬਦਮਾਸ਼ਾਂ ਦੇ ਵੱਲੋਂ ਇੱਕ ਰੈਲੀ ਕੱਢੀ ਗਈ। ਦਰਅਸਲ ਇੱਕ ਕੈਦੀ ਜੇਲ੍ਹ ਤੋਂ ਰਿਹਾ ਹੁੰਦਾ ਹੈ, ਉਸਦੇ ਸਵਾਗਤ ਦੇ ਵਿੱਚ 50 ਤੋਂ 60 ਬਦਮਾਸ਼ ਪਟਿਆਲਾ ਜੇਲ੍ਹ ਦੇ ਬਾਹਰ ਪਹੁੰਚਦੇ ਨੇ ਅਤੇ ਰੈਲੀ ਕੱਢਦੇ ਨੇ। ਇਹਨਾਂ ਦੇ ਹੱਥਾਂ 'ਚ ਹਥਿਆਰ, ਡਾਂਗਾ, ਸੋਟੀਆਂ ਅਤੇ ਅਸਲਾ ਵੀ ਮੌਜੂਦ ਹੁੰਦਾ ਹੈ ਤੇ ਇਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਐਕਸ਼ਨ ਲਿਆ ਹੈ ਤੇ ਇਹਨਾਂ ਦੇ ਵਿੱਚੋਂ 10 ਬਦਮਾਸ਼ ਜਿਹੜੇ ਨੇ ਉਹ ਗ੍ਰਿਫਤਾਰ ਕਰ ਲਏ ਗਏ ਨੇ। ਦਰਅਸਲ ਉਹਨਾਂ ਦੇ ਕੋਲੋਂ ਅਸਲਾ ਵੀ ਬਰਾਮਦ ਹੋਇਆ ਹੈ ਤੇ ਇਹਨਾਂ ਬਦਮਾਸ਼ਾਂ ਨੇ ਇੱਕ ਪੁਲਿਸ ਵਾਲੇ ਦੀ ਲੱਤ ਵੀ ਤੋੜੀ ਹੈ। ਤਾਂ ਹੁਣ ਤੱਕ ਤਸਵੀਰਾਂ ਤਾਂ ਤੁਸੀਂ ਦੇਖ ਹੀ ਲਈਆਂ ਕਿ ਕਿਵੇਂ ਇਹ ਸਾਰੇ ਨੌਜਵਾਨ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਨੇ, ਜੇਲ੍ਹ ਤੋਂ ਬਾਹਰ ਆਏ ਕੈਦੀ ਯਾਰ ਨੂੰ ਲੈਣ ਪਹੁੰਚੇ ਨੇ। ਤਾਂ 50 ਤੋਂ 60 ਇਹ ਨੌਜਵਾਨ ਹੱਥਾਂ ਦੇ ਵਿੱਚ ਬੇਸਬਾਲ ਹਥਿਆਰ, ਬੇਸਬਾਲ ਬੈਟ, ਕਿਰਪਾਨਾਂ, ਅਸਲਾ ਲੈ ਕੇ ਇਹ ਨੌਜਵਾਨ ਸਾਰੇ ਬਦਮਾਸ਼ੀ ਕਰ ਰਹੇ ਨੇ। ਪੂਰੇ ਮਹੱਲੇ ਦੇ ਵਿੱਚ, ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਫੈਲਾ ਰਹੇ ਨੇ। ਇਹਨਾਂ ਨੂੰ ਦੇਖ ਕੇ ਜਿਹੜੇ ਇਹਨਾਂ ਤੋਂ ਘੱਟ ਉਮਰ ਦੇ ਨੌਜਵਾਨ ਹੁੰਦੇ ਨੇ ਉਹ ਇਨਫਲੂਐਂਸ ਹੋ ਜਾਂਦੇ ਨੇ ਤੇ ਉਹ ਵੀ ਅਸਲੇ ਦੀ ਰਾਹ ਤੇ ਤੁਰ ਪੈਂਦੇ ਨੇ। ਪਰ ਦੱਸ ਦਈਏ ਕਿ ਇਹਨਾਂ ਨੌਜਵਾਨਾਂ ਨੇ ਇਸ ਹੁੱਲੜਬਾਜ਼ੀ ਦੌਰਾਨ ਇੱਕ ਪੁਲਿਸ ਵਾਲੇ ਦੀ ਲੱਤ ਵੀ ਤੋੜੀ ਹੈ। ਤਾਂ ਵੱਡੀ ਖਬਰ ਹੈ, ਜਿਸ ਤੋਂ ਬਾਅਦ ਪਟਿਆਲਾ ਪੁਲਿਸ ਦੇ ਵੱਲੋਂ ਇਹ ਐਕਸ਼ਨ ਲਿਆ ਗਿਆ ਅਤੇ 10 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਤਾਂ ਹੁਣ ਜਿਹੜਾ ਯਾਰ ਜੇਲੋਂ ਬਾਹਰ ਆਇਆ ਸੀ ਉਹ ਮੁੜ ਜੇਲ੍ਹ ਦੀ ਹਵਾ ਖਾਏਗਾ। ਉਸਨੂੰ ਹਵਾਬਾਜ਼ੀ ਮਹਿੰਗੀ ਪੈ ਗਈ ਹੈ ਕਰਨੀ। ਤਾਂ ਤਸਵੀਰਾਂ ਪਟਿਆਲਾ ਦੀਆਂ ਜਿੱਥੇ ਰਾਧਾ ਕਤਲ ਅਤੇ ਲੁਟੇਰਾ ਗਰੋਹ ਸਮੇਤ 10 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ। ਦਰਅਸਲ ਬੀਤੇ ਦਿਨ ਇਹਨਾਂ ਦੀ ਵੀਡੀਓ ਵਾਇਰਲ ਹੋਈ ਸੀ। ਇਹ ਸਾਰੇ ਦੋਸ਼ੀ ਨੇ, ਕਿਸੇ ਤੇ ਕੋਈ ਕੇਸ ਪਿਆ ਹੈ, ਦੂਜੇ ਬੰਦੇ 'ਤੇ ਕੋਈ ਕੇਸ ਪਿਆ ਹੈ। ਤਾਂ ਇੱਕ ਜੇਲ੍ਹ ਕੱਟ ਰਹੇ ਕੈਦੀ ਨੂੰ ਇਹ ਲੈਣ ਪਹੁੰਚੇ। ਸਕੋਰਪੀਓ ਗੱਡੀ ਦਿਖ ਰਹੀ ਹੋਵੇਗੀ, ਹੋਰ ਵੱਡੀਆਂ ਵੱਡੀਆਂ ਗੱਡੀਆਂ, ਮੋਟਰਸਾਈਕਲਾਂ, ਝੰਡੇ, ਦੇਖੋ ਕਿਵੇਂ ਹੱਥਾਂ 'ਚ ਹਥਿਆਰ ਲੈ ਕੇ ਇਹ ਨੌਜਵਾਨ ਬਦਮਾਸ਼ਾਂ ਵਾਲੀ ਰੈਲੀ ਕੱਢ ਰਹੇ ਨੇ। ਪੂਰੇ ਇਲਾਕੇ ਦੇ ਵਿੱਚ ਆਪਣਾ ਦਬਦਬਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਇਹ ਚੀਜ਼ ਭੁੱਲ ਗਏ ਸੀ ਕਿ ਪੁਲਿਸ ਕਾਨੂੰਨ ਹਾਲੇ ਵੀ ਪੰਜਾਬ ਦੇ ਵਿੱਚ ਜ਼ਿੰਦਾ ਹੈ। ਪੁਲਿਸ ਦੇ ਵੱਲੋਂ ਦੇਖੋ ਕਿਵੇਂ ਫਿਰ ਐਕਸ਼ਨ ਲਿਆ ਗਿਆ ਤੇ ਅੱਗੇ ਇਹਨਾਂ 'ਤੇ ਕੀ ਕਾਰਵਾਈ ਹੋਏਗੀ, ਅਧਿਕਾਰੀ ਤੋਂ ਜਾਣਕਾਰੀ ਹਾਸਲ ਕਰਦੇ ਹਾਂ। 2 ਕੇਸਿਸ ਰਜਿਸਟਰ ਹੋਏ ਹੈਗੇ। ਪਹਿਲਾ ਕੇਸ ਥਾਣਾ ਅਨਾਜ ਮੰਡੀ ਵਿੱਚ ਜੀ, ਇਹਦੇ ਵਿੱਚ 22 ਮਾਰਚ ਦੀ ਇੱਕ ਇੰਸੀਡੈਂਟ ਹੈ ਜਿਹਦੇ ਵਿੱਚ ਰਾਜਾ ਬੋਕਸਰ ਕਰਕੇ ਇੱਕ ਬੰਦਾ ਹੈਗਾ, ਉਹ ਜੇਲ੍ਹ ਤੋਂ ਬਾਹਰ ਆਇਆ ਸੀਗਾ। ਉਹਦੇ ਵੈਲਕਮ ਵਾਸਤੇ ਲਗਭਗ 50 ਬਾਈਕ ਸਵਾਰ ਮੌਕੇ 'ਤੇ ਆਏ ਸੀਗੇ, ਔਰ ਉਹਨਾਂ ਵੱਲੋਂ ਹੁੱਲੜਬਾਜ਼ੀ ਕੀਤੀ ਜਾ ਰਹੀ ਸੀਗੀ ਅਤੇ ਲੋ ਐਂਡ ਆਰਡਰ ਨੂੰ ਖਰਾਬ ਕੀਤਾ ਜਾ ਰਿਹਾ ਸੀਗਾ। ਇਹ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀਗੀ। ਪਟਿਆਲਾ ਪੁਲਿਸ ਦੀ ਸੋਸ਼ਲ ਮੀਡੀਆ ਟੀਮ ਵੀ ਕਾਫੀ ਪ੍ਰੋਐਕਟਿਵ ਹੈਗੀ। ਥਾਣੇ ਨੂੰ ਇਨਫੋਰਮੇਸ਼ਨ ਮਿਲੀ ਕਿ ਇਹ ਵਾਰਦਾਤ ਉੱਥੇ ਹੋ ਰਹੀ ਹੈ, ਨਾਲ ਦੇ ਨਾਲ ਥਾਣੇ ਦੀ ਮੌਕੇ 'ਤੇ ਪਹੁੰਚ ਗਈ, ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਔਰ ਇਸੀ ਦਰਮਿਆਨ ਹੈੱਡ ਕਾਂਸਟੇਬਲ ਗੁਰਪ੍ਰੀਤ ਸਿੰਘ ਦੀ ਲੱਗ ਵੀ ਟੁੱਟ ਗਈ। ਇਸ ਮੁਤਲਕ ਥਾਣਾ ਅਨਾਜ ਮੰਡੀ ਵਿੱਚ ਪਰਚਾ ਦਰਜ ਕਰਕੇ ਮੌਕੇ 'ਤੇ ਹੀ 8 ਬੰਦੇ ਨੂੰ ਕਾਬੂ ਕੀਤਾ ਗਿਆ। ਬਾਅਦ 'ਚ ਵੱਖ ਵੱਖ ਥਾਵਾਂ 'ਤੇ ਰੇਡ ਕਰਕੇ ਇਸ ਗਿਰੋਹ ਕਹਿ ਦਿਓ ਜਾਂ ਗਰੁੱਪ ਕਹਿ ਦਿਓ, ਉਹਨਾਂ ਦੇ ਸਰਗਨਾ ਰਾਜਾ ਬੋਕਸਰ ਨੂੰ ਵੀ ਕਾਬੂ ਕੀਤਾ ਗਿਆ। ਇਸ ਕੇਸ ਵਿੱਚ ਟੋਟਲ 14 ਅਰੈਸਟ ਹੋ ਗਏ ਹੈ, ਜਿਹਦੇ ਮੁਤਲਕ ਥਾਣਾ ਅਰਬਨ ਸਟੇਟ ਵਿੱਚ ਪਰਚਾ ਦਰਜ ਹੋਇਆ ਹੈ। ਉਹਦੇ ਵਿੱਚ 3 ਅਪ੍ਰੈਲ ਯਾਨੀ ਕੱਲ੍ਹ ਦੀ ਡੇਟ 'ਚ
DCW ਪੁਲ ਦੇ ਥੱਲੇ ਰੇਡ ਕੀਤੀ ਗਈ। ਉੱਥੇ ਮੌਕੇ 'ਤੇ 4 ਐਕਿਊਜ਼ ਨੂੰ ਕਾਬੂ ਕੀਤਾ ਗਿਆ। ਉਹਨਾਂ ਕੋਲੋਂ 2 32 ਬੋਲ ਪਿਸਟਲ, 9 ਜਿੰਦਾ ਰਾਊਂਡ ਅਤੇ 2 ਕਿਰਪਾਨ ਕਬਜ਼ੇ 'ਚ ਲਿਆ ਗਿਆ। ਇਹਦੇ ਵਿੱਚ ਤੁਸੀਂ ਦੇਖੋ ਕਿ ਜਿੰਨੇ ਵੀ ਬੰਦੇ ਅਰੈਸਟ ਹੋਏ ਹੈ, ਯਾਨੀ 14+4 18 ਬੰਦੇ ਟੋਟਲ ਹੁਣ ਤੱਕ ਅਰੈਸਟ ਹੋਏ, ਇਹਨਾਂ ਦਾ ਕ੍ਰਿਮੀਨਲ ਪਿਛੋਕਰ ਹੈ। ਫੋਰ ਐਗਜ਼ਾਮਪਲ, ਰਾਜਾ ਬਾਕਸਰ ਦੇ ਖਿਲਾਫ਼ 307 ਦੇ 3 ਮੁਕਦਮੇ ਦਰਜ ਹੈਗੇ। ਇਸੀ ਤਰ੍ਹਾਂ ਦੂਜੇ ਬੰਦੇ ਦੇ ਖਿਲਾਫ਼ NDPS, ਐਕਸਾਈਜ਼, ਲੁੱਟਖੋਹ, ਸਨੈਚਿੰਗ, ਚੋਰੀ, ਬਥੇਰੇ ਮਾਮਲੇ ਇਹਨਾਂ ਦੇ ਖਿਲਾਫ਼ ਦਰਜ ਹੈ। ਚੋਣ ਜ਼ਾਬਤਾ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਕਾਫ਼ੀ ਵੱਡੀ ਕਾਮਯਾਬੀ ਹੈ, ਔਰ ਕ੍ਰਾਈਮ ਪ੍ਰੀਵੈਂਸ਼ਨ ਦੇ ਪੱਖੋਂ ਕਾਫ਼ੀ ਵੱਡੀ ਕਾਮਯਾਬੀ ਹੈ। ਲੋਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਪਟਿਆਲਾ ਪੁਲਿਸ ਦੀ ਜ਼ਿੰਮੇਵਾਰੀ ਹੈ। ਜਦੋਂ ਵੀ ਕੋਈ ਵੀ ਸਮਾਜ ਵਿਰੋਧੀ ਅਨਸਰ ਕੋਈ ਵੀ ਵਾਰਦਾਤ ਕਰਨ ਦੀ ਕੋਸ਼ਿਸ਼ ਵੀ ਕਰੇਗਾ, ਜੇ ਪਟਿਆਲਾ ਪੁਲਿਸ ਨੂੰ ਇਨਫੋਰਮੇਸ਼ਨ ਮਿਲਦੀ, ਸਖ਼ਤ ਕਾਰਵਾਈ ਕੀਤੀ ਜਾਵੇਗੀ।